ਤਾਂ ਭਾਈ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਬਰਨਾਲਾ ਜਿੱਥੇ ਮਹਾਰੈਲੀ ਹੋ ਰਹੀ ਹੈ, ਉੱਥੇ ਪਹੁੰਚੇ ਨੇ ਲੱਖਾ ਸਿਧਾਣਾ ਜੀ, ਵੀਰ ਨਾਲ ਗੱਲ ਕਰਾਵਾਂਗੇ ਤੁਹਾਡੀ। ਸੋ ਮੇਰੇ ਨਾਲ ਭੰਦੇਰ ਸਾਹਿਬ ਖੜੇ ਨੇ, ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਬਾਹਲੀਆਂ ਮੈਂ ਗੱਲਾਂ ਕਰਨੀਆਂ ਨੀ। ਜਿੰਨਾ ਵੀ ਅੱਜ ਇੱਥੇ ਇਕੱਠ ਹੋਇਆ ਬਹੁਤ ਵੱਡਾ ਇਕੱਠ ਹੋਇਆ, ਇਹ ਮਾਲਵੇ ਦਾ ਇਕੱਠ ਹੈ, ਤੂੰ ਪਹਿਲਾਂ ਮਾਝੇ ਦੇ ਦੁਆਬੇ 'ਚ ਹੋਇਆ। 13 ਤਰੀਕ ਨੂੰ ਬਿਗਲ ਵੱਜਿਆ ਦਿੱਲੀ ਜਾਣ ਦਾ। ਹਰ ਬੰਦਾ ਇਹ ਨਾ ਸੋਚੇ ਇਕੱਲਾ ਕਿਸਾਨੀ ਦਾ ਮਸਲਾ, ਇਕੱਲੇ ਮਜ਼ਦੂਰਾਂ ਦਾ ਮਸਲਾ ਨਹੀਂ, ਇਹ ਹਰ ਵਰਗ ਦਾ, ਹਰ ਉਸ ਦੁਕਾਨਦਾਰ ਦਾ, ਵਪਾਰੀ ਦਾ, ਆੜਤਗੇ ਦਾ, ਜਿਹਦੇ ਘਰੇ ਰੋਟੀ ਪੱਕਦੀ ਹੈ ਰੋਟੀ ਖਾਂਦਾ, ਹਰ ਢਿੱਡ ਦਾ ਮਸਲਾ ਹੈ। ਅਤੇ ਹਰ ਬੰਦੇ ਨੂੰ ਸਾਥ ਦੇਣਾ ਚਾਹੀਦਾ। ਉਵੇਂ ਹੀ 26 ਵਾਂਗੂ ਗੂੰਜਾਂ ਦੁਬਾਰਾ, ਜਿਵੇਂ 26 ਨਵੰਬਰ ਨੂੰ ਆਪਾਂ ਇੱਥੋਂ ਦਿੱਲੀ ਨੂੰ ਕੂਚ ਕੀਤਾ ਸੀ, ਉਵੇਂ ਹੀ ਪੈਣੀਆਂ ਚਾਹੀਦੀਆਂ ਨੇ। ਉਵੇਂ ਹੀ ਪੂਰਾ ਪੰਜਾਬ ਗੱਜ ਵੱਜ ਕੇ ਦਿੱਲੀ ਦੀ ਹਿੱਕ 'ਚ ਵੱਜਣਾ ਚਾਹੀਦਾ, ਜੇ ਚਾਹੁੰਦੇ ਹਾਂ ਜਿਹੜੀਆਂ ਸਾਡੀਆਂ ਉਸ ਸਮੇਂ ਦੀਆਂ ਮੰਗਾਂ ਅਧੂਰੀਆਂ ਰਹਿ ਗਈਆਂ। ਅਤੇ ਇਹਤੋਂ ਇਲਾਵਾ ਜਿਹੜੇ ਸਾਡੇ ਰਾਜਾਂ ਦੇ, ਸੂਬਿਆਂ ਦੇ ਵੱਧ ਅਧਿਕਾਰ ਹੈ, ਉਹਨਾਂ ਦੀ ਗੱਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿਹੜਾ ਲਗਾਤਾਰ ਦਮਨਕਾਰ ਦੀ ਨੀਤੀ ਦੇ ਤਹਿਤ ਲਗਾਤਾਰ ਸਰਕਾਰ ਇਹੋ ਜਿਹੀਆਂ ਨੀਤੀਆਂ ਲਿਆ ਰਹੀ ਹੈ, ਪੋਲਿਸੀਆਂ ਲਿਆ ਰਹੀ ਹੈ, ਨਵੇਂ ਕਾਨੂੰਨ ਘੜ ਰਹੀ ਹੈ, ਆਹ ਡਰਾਈਵਰਾਂ ਖਾਤਰ ਲਿਆਏ, ਮੀਡੀਆ ਖਾਤਰ ਲਿਆਏ, ਨਵੇਂ ਕਾਨੂੰਨਾਂ ਦੀ ਆੜ ਦੇ ਵਿੱਚ, ਸੁਧਾਈ ਦੀ ਆੜ ਦੇ ਵਿੱਚ ਕਾਨੂੰਨ ਹੀ ਇਹੋ ਜਿਹੇ ਬਦਲਤੇ ਵੀ ਕਿਵੇਂ ਸੰਘਰਸ਼ਸ਼ੀਲ ਬੰਦਿਆਂ ਨੂੰ ਕਾਬੂ ਕਰਨਾ, ਉਹਨਾਂ ਦੀ ਆਵਾਜ਼ ਦੱਬਣੀ ਹੈ, UAPA ਲਾਉਣੇ ਆ, ਉਹ ਕਾਨੂੰਨਾਂ ਦੇ ਵਿੱਚ ਇਹਨਾਂ ਨੂੰ ਲਿਆ ਕੇ ਲੋਕਾਂ ਨੂੰ ਇਹ ਘਰਾਂ 'ਚ ਬੰਦ ਕਰਨਾ ਚਾਹੁੰਦਾ, ਤਾੜਨਾ ਚਾਹੁੰਦੇ, ਉਹਨਾਂ ਨੂੰ ਕੁਚਲਣਾ ਚਾਹੁੰਦਾ, ਉਹਨਾਂ ਦੇ ਹੱਕਾਂ ਨੂੰ। ਇਸ ਲਈ ਲੋਕਾਂ ਨੂੰ ਅਪੀਲ ਕਰਦਾ ਬਾਈ, ਵੱਧ ਤੋਂ ਵੱਧ ਇਕੱਠੇ ਹੋ ਕੇ 13 ਤਰੀਕ ਨੂੰ, ਇੱਕ ਅਪੀਲ ਮੈਂ ਤੁਹਾਨੂੰ ਹੋਰ ਕਰ ਦਿੰਦਾ, ਲਗਾਤਾਰ ਸਰਕਾਰ ਦਾ ਜ਼ੋਰ ਲੱਗਿਆ ਲਾ ਮੋਦੀ ਤੋਂ, ਲਾ ਭਵੰਤ ਤੋਂ, ਵੀ ਜਥੇਬੰਦੀਆਂ ਦਾ ਅਕਸ ਲੋਕਾਂ 'ਚ ਕਿਵੇਂ ਖਰਾਬ ਕਰਨਾ ਹੈ। ਇਹਨਾਂ ਦੇ ਬੰਦੇ ਛੱਡੇ ਹੋਏ, ਇਹਨਾਂ ਦਾ ਮੀਡੀਆ ਛੱਡਿਆ ਹੋਇਆ, ਜਿਹੜਾ ਕਹਿੰਦਾ ਜੀ ਇਹ ਸੜਕਾਂ 'ਤੇ ਬਹਿੰਦੇ ਹੈ, ਇਹ ਲੋਕਾਂ ਨੂੰ ਰੋਕਦੇ, ਲੋਕਾਂ ਦੀ ਆਵਾਜਾਈ ਰੋਕ, ਲੋਕਾਂ ਨੂੰ ਪਰੇਸ਼ਾਨ ਕਰਦੇ ਹੈ, ਇਹ ਤੁਹਾਡੀ ਖਾਤਰ ਲੜ ਰਹੇ ਹੈ, ਇਹਨਾਂ ਦਾ ਘਰ ਦਾ ਰੌਲਾ ਨਹੀਂ ਹੈ। ਇਹ ਨਾ ਹੁੰਦੇ ਤੁਹਾਡੀਆਂ ਜ਼ਮੀਨਾਂ, ਤੁਹਾਡੀਆਂ ਕਿਸਾਨੀ ਮਜ਼ਦੂਰੀ, ਤੁਹਾਡੀਆਂ ਦੁਕਾਨਾਂ, ਕਾਰੋਬਾਰ ਤੁਹਾਨੂੰ ਗਏ ਹੁੰਦੇ, ਲੈ ਗਏ ਸੀ ਖੋਹ ਕੇ ਅਗਲੇ। ਇਹਨਾਂ ਦੀ ਬਦੌਲਤ ਆਉਂਦਾ, ਜੇ ਕੁਛ ਮਾੜਾ ਮੋਟਾ ਸਾਡਾ ਕੋਲ ਬਚਿਆ ਤਾਂ ਮੇਰਾ ਵੀਰ ਇਹ ਪ੍ਰਾਪੇ ਗੰਡੇ ਤੋਂ ਬਾਹਰ ਨਿਕਲ ਕੇ ਇਹ ਚੱਲੂ ਚੱਲਣਗੇ ਮਾਹੌਲ। ਬਹੁਤ ਤਰ੍ਹਾਂ ਦੀਆਂ ਗੱਲਾਂ, ਇਹ ਪੈਸੇ ਖਾਣ ਖਾਤਰ ਇਕੱਠੇ ਹੁੰਦੇ ਆ, ਇਹ ਝੰਡੇ ਡੰਡਾ ਪਾਈ ਰੱਖਦੇ ਆ, ਇਹ ਆਪਸ ਮੇਂ ਲੜਦੇ ਆ, ਕਰਦੇ ਆ। ਮੈਂ ਅਪੀਲ ਕਰਦਾ ਕਿਸਾਨ ਆਗੂਆਂ ਨੂੰ ਵੀ ਤੁਸੀਂ ਆਪਸੀ ਬਿਆਨਬਾਜ਼ੀ ਤੋਂ ਵੀ ਗੁਰੇਜ਼ ਕਰਿਆ ਜਾਵੇ, ਉਹ ਬਹਿ ਕੇ ਚਾਹੇ ਲੜ ਲਿਆ ਕਰੋ ਕਮਰੇ 'ਚ ਇਕੱਠੇ ਹੋ ਕੇ, ਮੀਡੀਆ ਦੇ ਸਾਹਮਣੇ, ਲੋਕਾਂ ਦੇ ਸਾਹਮਣੇ ਨਾ ਲਿਆਂਦੇ ਜਾਣ। ਸਾਡੀ ਲੜਾਈ, ਸਾਡੀ ਜਿਹੜੀ ਨਿਸ਼ਾਨਾ ਦਿੱਲੀ ਵੱਲ ਹੋਣਾ ਚਾਹੀਦਾ, ਆਪਣਿਆਂ ਵੱਲ। ਮੈਂ ਭੰਦੇਰ ਸਾਹਿਬ ਖੜੇ ਆ, ਮੈਂ ਕਹੂੰਗਾ ਚੰਦ ਸ਼ਬਦ, ਇਹ ਵੀ ਆਪਣੀ ਜ਼ਬਾਨੀ ਲੋਕਾਂ ਨੂੰ ਅਪੀਲ ਕਰਨਾ। ਇੱਕ ਪਹਿਲਾਂ ਤੁਹਾਨੂੰ ਸਵਾਲ ਹੋਰ ਹੈ ਜੀ, ਦੇਖੋ ਪੂਰਾ ਪੰਜਾਬ ਤੁਹਾਡੇ ਨਾਲ ਹੈ, ਕੀ ਤੁਸੀਂ ਅਗਵਾਈ ਉਸੇ ਤਰ੍ਹਾਂ ਕਰੋਗੇ ਜੀ ਜਿਸ ਤਰ੍ਹਾਂ ਪਹਿਲਾਂ ਮੋਰਚੇ ਤੋੜੇ ਸੀ ਪੁਲਿਸ ਦੇ? ਬਿਲਕੁਲ, ਮੈਂ ਅਗਵਾਈ ਕਰ ਰਹੇ ਜਥੇਬੰਦੀਆਂ। ਅਸੀਂ, ਮੈਂ ਹਮੇਸ਼ਾ ਕਿਹਾ ਕਿ ਅਸੀਂ ਹਮੇਸ਼ਾ ਹਮੇਤੀ ਰਹੇ ਹਾਂ। ਜਿਹੜਾ ਪੰਜਾਬ ਦੀ ਗੱਲ ਕਰਦਾ ਕੋਈ ਵੀ ਹੋਵੇ, ਸਾਡੇ ਹੱਕਾਂ ਦੀ ਗੱਲ ਕਰਦਾ, ਲੋਕਾਂ ਦੀ ਗੱਲ, ਸਾਡੀ ਧਰਤੀ ਦੀ ਗੱਲ ਹੁੰਦੀ ਹੈ, ਅਤੇ ਅਸੀਂ ਨਾਲ ਆ, ਅਸੀਂ ਪਿੱਛੇ ਨਹੀਂ ਹਟੇ, ਅਸੀਂ ਹਮਾਇਤ 'ਚ ਨਾਲ ਆ। ਅੱਜ ਵੀ ਮੈਂ ਹਮਾਇਤ 'ਚ ਆਇਆ, ਮੈਨੂੰ ਸੱਦਿਆ ਤਾਂ ਨਹੀਂ ਕਿਸੇ ਨੇ, ਪਰ ਮੈਂ ਹਮਾਇਤ 'ਚ ਆਇਆ, ਮੈਂ ਹਮਾਇਤ ਦਿੱਲੀ ਵੀ ਨਾਲ ਜਾਊਂਗਾ, ਲੋਕਾਂ ਨੂੰ ਵੀ ਅਪੀਲ ਕਰੂੰਗਾ, ਨੌਜਵਾਨਾਂ ਨੂੰ ਵੱਡੇ ਪੱਧਰ 'ਤੇ ਇਹਨਾਂ ਦੇ ਨਾਲ ਜੁੜ ਕੇ ਸਾਨੂੰ ਦਿੱਲੀ ਵੱਲ ਜਾਣਾ ਚਾਹੀਦਾ, ਜੇ ਚਾਹੁੰਦੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਵਰਗਿਆਂ ਦੇ, ਇਹਨਾਂ ਹਕੂਮਤਾਂ ਨੂੰ ਨੱਥ ਮਾਰਨੀ ਹੈ, ਇਹ ਬਚਣਾ ਆਪਾਂ ਇਹਨਾਂ ਪੋਲਿਸੀਆਂ, ਨੀਤੀਆਂ, ਨਵੇਂ ਕਾਨੂੰਨਾਂ ਤੋਂ, ਜਿਹੜੇ ਵਰਲਡ ਆਰਡਰ, ਜਿਹੜੇ ਗਾਈਡ ਦੇ ਸਮਝੌਤੇ ਨੇ, ਜਿਹੜੇ ਵਰਲਡ ਬੈਂਕ ਦੀਆਂ ਜਿਹੜੀਆਂ ਹਦਾਇਤਾਂ ਨੇ ਜੋ ਲਾਗੂ ਕਰਨਾ ਚਾਹੁੰਦੇ ਨੇ, ਉਹ ਤੋਂ ਕਿਵੇਂ ਬਚਾਉਣਾ ਹੈ, ਤਾਂ ਇਹਦੇ ਲਈ ਸਾਨੂੰ ਜ਼ਰੂਰੀ ਇਕੱਠਾ ਹੋਣਾ। ਠੀਕ ਹੈ, ਅਸੀਂ ਗੱਲ ਕਰਾਂਗੇ ਜੀ ਭੰਦੇਰ ਸਾਹਿਬ ਨਾਲ। ਹਾਂਜੀ ਭੰਦੇਰ ਸਾਹਿਬ ਜੀ, ਮੈਂ ਦੋ ਹੀ ਗੱਲ ਕਹਿੰਦੀ ਹਾਂ ਵੀ ਦੇਖੋ, ਖੇਤੀ ਮੰਡੀ ਟੁੱਟਣ ਦਾ ਫਿਰ ਫੈਸਲਾ ਵਾ। ਪਹਿਲਾਂ ਕਹਿੰਦੇ ਸੀ ਕਰ ਮੁਕਤ, ਤੁਹਾਨੂੰ ਮੁਕਤ ਵਪਾਰ ਸਮਝੌਤੇ ਲਿਖੇ ਹੋਏ ਨੇ, ਜਿੱਦਣ ਮੋਦੀ ਜੀ ਰਿਪੀਟ ਹੋ ਗਏ ਉਦਣ ਇਹ ਸਾਡੀਆਂ ਬਾਹਰੋਂ ਵਿਦੇਸ਼ਾਂ ਫਸਲਾਂ ਮੰਗਾਉਣਗੇ, ਉਹ ਤੋਂ ਇੰਪੋਰਟ ਡਿਊਟੀ ਜਿਹਨੂੰ ਆਇਕਰ ਕਹਿੰਦੇ ਉਹ ਖਤਮ ਕਰਨਗੇ, ਇਹ ਖੇਤੀ ਮੰਡੀ ਟੁੱਟੂਗੀ। ਤੁਸੀਂ ਛੱਤੀਸਗੜ੍ਹ ਦੇਖੋ, ਦੇਵਘਰ ਦੇ ਵਿੱਚ 2008 ਦਾ ਮਾਨੀ ਨਾਲ ਸਮਝੌਤਾ ਜ਼ਮੀਨ ਖੋਣ ਦਾ, ਇਹਨਾਂ ਦੀ ਸਰਕਾਰ ਆਉਂਦਿਆਂ ਸਾਰ ਲਾਗੂ ਹੋ ਗਿਆ, ਆਦਿਵਾਸੀ ਲੜ ਰਹੇ ਲੱਖਾਂ 'ਚ ਪੁੱਟ 'ਤੇ, ਸਾਰੇ ਜੰਗਲ ਵੱਢ 'ਤੇ, ਇਹਨਾਂ ਦੇ ਰਿਪੀਟ ਹੋਣ ਦੀ ਡੇਰ ਆ, ਅਤੇ ਉਹ ਚੱਲਿਆ ਜਾਊਗਾ। ਦੂਜਾ ਲੈਂਡ ਐਕੁਜੀਸ਼ਨ ਐਕਟ ਆ, ਉਹਦੇ ਵਿੱਚੋਂ ਕਿਸਾਨਾਂ ਦੀ ਸਹਿਮਤੀ ਤੋਂ ਬਗੈਰ ਜ਼ਮੀਨਾਂ ਖੋਣ ਵਾਲੀ ਗੱਲ ਵੀ ਪਾਸ ਆ,
ਔਰ ਇਹ ਦੋਵੇਂ ਗੱਲਾਂ ਉੱਥੇ ਖੜੀਆਂ ਜਿੱਥੋਂ ਅਸੀਂ ਨਿਕਲ ਕੇ ਆਏ ਸੀ। ਹੁਣ ਫੈਸਲਾ ਲੋਕਾਂ ਨੇ ਕਰਨਾ ਵੀ ਅਸੀਂ ਹੁਣ ਦੇਖੋ ਨਾ, ਹੁਣ ਤਾਂ ਦੋ ਜਦੋਂ ਇਲੈਕਸ਼ਨ ਹੁੰਦੀ ਸਰਕਾਰ ਦੇ ਦੋਵੇਂ ਹੱਥ ਵੱਜੇ ਹੁੰਦੇ ਆ, ਕੁੱਟ ਲੈ ਫਿਰ ਸੱਤਾ ਨਹੀਂ ਮਿਲਦੀ ਜਾਂ ਫਿਰ ਗੱਲ ਮੰਨ ਲੈ। ਹੁਣ ਇਹ ਤਾਂ ਉਹਨੇ ਫੈਸਲਾ ਕਰਨਾ, ਆਪਾਂ ਦਿੱਲੀ ਕੂਚ ਕਰਨਾ ਚਾਹੀਦਾ। ਔਰ ਮੈਨੂੰ ਲੱਗਦਾ ਵੀ ਅਰ ਕੀ ਲੋਕਾਂ ਨੇ ਪਹਿਲਾਂ ਵੀ ਫਤਿਹ ਬਖਸ਼ੀ ਸੀ ਤੇ ਗਾਂ ਵੀ ਫਤਿਹ ਮਿਲੂਗੀ। ਦੇਖੋ ਹਾੜ ਸਿਆਲ ਦਾ ਰੌਲਾ ਹੀ ਨਹੀਂ, ਸਾਰੀ ਉਮਰ ਲੱਗ ਜੇ ਕਿਸਾਨਾਂ ਲਈ ਗੱਲ ਮਸਲੇ ਹੱਲ ਹੋਣੇ ਚਾਹੀਦੇ, ਰੌਲਾ ਇਹ ਨਹੀਂ ਹੈ। ਜ਼ਿੰਦਗੀ ਛੋਟੀ ਆ, ਮੰਨ ਲਓ ਮੇਰੀ ਜਾਨ ਆ ਛੋਟੀ ਚੀਜ਼ ਆ, ਲੜਾਈ ਵੱਡੀ ਆ, ਹਮਲਾ ਵੱਡਾ। ਮਰਦੇ ਤਾਂ ਕਿਸਾਨ ਤਾਂ 118 ਕਿਸਾਨ ਮਜ਼ਦੂਰ ਰੋਜ਼ ਖੁਦਕੁਸ਼ੀਆਂ ਕਰ ਰਹੇ ਕਰਜ਼ੇ ਕਰਕੇ, ਉਹਦਾ ਕੀ ਬੈਨੀਫਿਟ? ਜ਼ਿੰਦਗੀ ਛੋਟੀ ਆ, ਲੜਾਈ ਵੱਡੀ ਆ, ਵੱਡੀ ਲੜਾਈ ਨੂੰ ਵੇਖ ਕੇ ਲੱਗੇ ਹੋਏ ਆ। ਸੰਘਰਸ਼ ਵੀਰੇ ਹੁੰਦੇ ਹੀ ਦਿੱਕਤਾਂ ਵਾ, ਇਹ ਸੂਲਾਂ ਦੀ ਸੇਜ ਹੁੰਦੇ ਆ, ਭਾਵੇਂ ਗੁਰੂਆਂ ਇਹ ਸੌਖੇ ਸਖਾਲੇ ਨਹੀਂ ਹੁੰਦੇ, ਇਹ ਤਾਂ ਜਾਨ ਤਲੀ ਤੇ ਰੱਖ ਕੇ ਜਿਹਨੇ ਆਉਣਾ ਆਵੇ। ਇਹ ਸੌਖਾ ਜਿਹੜੇ ਸੌਖੇ ਸਮਝਦੇ ਆ ਉਹ ਲੜਦੇ ਹੀ ਨਹੀਂ ਹੈ। ਧੰਨਵਾਦ ਜਨਤਾ ਦੀ ਆਵਾਜ਼ ਚੱਲਦੇ ਸਾਰੇ ਦੋਸਤਾਂ ਦਾ ਸਵਾਗਤ ਹੈ। ਇਸ ਵਕਤ ਅਸੀਂ ਖੜੇ ਹਾਂ ਬਰਨਾਲਾ ਦਾਣਾ ਮੰਡੀ ਦੇ ਵਿੱਚ, ਜਿੱਥੇ ਕਿ ਅੱਜ ਮਹਾ ਰੈਲੀ ਦਾ ਬਹੁਤ ਵੱਡਾ ਇਕੱਠ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦੇ ਖਿਲਾਫ ਲਾਇਆ ਗਿਆ। ਸਾਡੇ ਨਾਲ ਅਲੱਗ ਅਲੱਗ ਜਥੇਬੰਦੀਆਂ ਮੌਜੂਦ ਨੇ, ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਵੀਰਾਂ ਦਾ ਕੀ ਕਹਿਣਾ ਗਾ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜਿਹੜਾ ਅੱਜ ਮਹਾਰੈਲੀ ਦਾ ਇੱਥੇ ਇਕੱਠ ਰੱਖਿਆ ਗਿਆ ਸੀ? ਸਰ, ਇਹ ਮਹਾਰੈਲੀ ਜਿਹੜੀ ਇਹ ਗੰਦੀ ਹਕੂਮਤ ਆ, ਜਿਹੜੀ ਮੋਦੀ ਸਰਕਾਰ ਹੈ, ਕਿਸਾਨਾਂ ਨੇ ਉਸ ਨੂੰ ਚੁਕਾਉਣ ਦੇ ਪਿੱਛੇ ਜਿਹੜੇ MSP ਦਾ ਜਿਹੜਾ ਕਾਨੂੰਨ ਬਣਿਆ ਸੀਗਾ, ਉਹ ਜਿਹੜਾ ਘੱਟੋ ਘੱਟ ਜਿਹੜਾ ਰੇਟ ਦਾ ਧਿਆ ਹੋਇਆ ਸੀਗਾ, ਉਹ ਉਹਨਾਂ ਨੇ ਲਿਖਤੀ ਦਾ ਕੀਤਾ ਸੀਗਾ, ਪਰ ਕਿਤੇ ਨਾ ਕਿਤੇ ਉਹਨੂੰ ਇੰਪਲੀਮੈਂਟ ਨਹੀਂ ਕੀਤਾ ਹਾਲੇ ਤੱਕ। ਉਸ ਦੇ ਰੋਸ ਵਜੋਂ ਜਿਹੜਾ ਛੇਤਰ ਅਗਲੇ ਜਿਹੜੀ ਇਹਨਾਂ ਰਣਨੀਤੀ ਬਣਾ ਕੇ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਨ ਲਈ ਜਿਹੜੀ ਅੱਜ ਮਹਾਰੈਲੀ ਕੀਤੀ ਗਈ ਹੈ, ਮਹਾਂਪੰਚਾਇਤ ਜਿਹੜੀ ਬਰਨਾਲਾ ਦੀ ਧਰਤੀ ਦੇ ਉੱਤੇ ਕੀਤੀ ਗਈ ਹੈ, ਸਾਰੇ ਹੀ ਪੰਜਾਬ ਦੇ ਅਤੇ ਹਿੰਦੁਸਤਾਨ ਦੇ ਸਾਰੇ ਕਿਸਾਨਾਂ ਨੂੰ ਲਾਭਬੰਦ ਕੀਤਾ ਜਾ ਰਿਹਾ ਹੈ। ਉਸ ਦੇ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਬਿਨਾਂ ਤਜਰਬਾ ਸੰਘਰਸ਼ ਕਮੇਟੀ ਬਿਜਲੀ ਬੋਰਡ ਤੋਂ, ਜਿਹੜੀ ਕਿਸਾਨਾਂ ਦਾ ਅਤੇ ਬਿਜਲੀ ਬੋਰਡ ਦਾ ਇੱਕ ਨੂੰਹ ਮਾਸ ਦਾ ਰਿਸ਼ਤਾ, ਉਸ ਨੂੰ ਕਾਬਜ਼ ਰੱਖਦੇ ਹੋਏ ਅੱਜ ਅਸੀਂ ਬਰਨਾਲਾ ਦੀ ਧਰਤੀ ਦੇ ਵਿੱਚ ਚੱਲ ਰਹੀ ਮਹਾਰੈਲੀ ਵਿੱਚ ਸ਼ਿਰਕਤ ਕੀਤੀ ਹੈ। ਪਿਛਲੇ 18 ਤਰੀਕ ਤੋਂ ਸਾਡਾ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਸਾਹਮਣੇ ਬਿਨਾਂ ਤਜਰਬਾ ਸੰਘਰਸ਼ ਕਮੇਟੀ ਦਾ ਆਪਦੀ ਹੱਕ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਜਿਹੜਾ ਸਾਡਾ ਧਰਨਾ ਚੱਲ ਰਿਹਾ। ਬਿਜਲੀ ਬੋਰਡ ਸਾਡੀਆਂ ਪਿਛਲੀਆਂ 3 ਸਾਲ ਤੋਂ, ਅਸੀਂ ਜਿਹੜੇ ਰੈਗੂਲਰ ਸਾਥੀ ਹੈਗੇ ਹਾਂ, 3 ਸਾਲ ਸਾਡਾ ਪ੍ਰਕਲ ਸਮਾਂ ਸੀ, ਉਹ ਪੂਰਾ ਹੋਣ ਤੋਂ ਬਾਅਦ ਅੱਜ 10 ਮਹੀਨੇ ਬੀਤਣ ਤੋਂ ਬਾਅਦ ਸਾਡੀਆਂ ਨਿਗੂਣੀਆਂ ਤਨਖਾਹਾਂ ਦੇ ਕੇ ਸਾਡਾ ਰੈਗੂਲਰ ਸਕੇਲ ਜਾਰੀ ਨਹੀਂ ਕੀਤਾ ਜਾ ਰਿਹਾ, ਸਾਨੂੰ ਸਿਰਫ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ, ਦੇਖ ਕੇ ਸਾਨੂੰ ਸ਼ੋਸ਼ਣ ਕੀਤਾ ਜਾ ਰਿਹਾ। ਅਸੀਂ ਬਿਜਲੀ ਬੋਰਡ ਦੀ ਭਰਾਤਰੀ ਜਥੇਬੰਦੀਆਂ ਤੋਂ ਅਤੇ ਨਾਲ ਦੇ ਨਾਲ ਸਾਡੀ ਕਿਸਾਨ ਜਥੇਬੰਦੀਆਂ ਤੋਂ ਮੰਗ ਕੀਤੀ ਹੈ ਕਿ ਸਾਡੀ ਜਿਹੜੀ ਹੱਕ ਅਤੇ ਜਾਇਜ਼ ਮੰਗ ਹੈ, ਜਿਹੜੀ ਇਹ ਗੰਦੀ ਅਤੇ ਗੂੰਗੀ ਬੋਲੀ ਮੈਨੇਜਮੈਂਟ ਅਤੇ ਸਰਕਾਰ ਹੈ, ਜਿਹੜੀ ਇੱਥੋਂ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹ ਸਾਡੀਆਂ ਤਨਖਾਹਾਂ ਦੱਬ ਕੇ ਬੈਠੀ ਹੈ। ਅਸੀਂ ਤੁਹਾਡੇ ਹੀ ਘਰਾਂ ਦੇ ਵਿੱਚੋਂ ਨਿਕਲੇ ਹੋਏ ਧੀ ਪੁੱਤ ਹੈਗੇ ਹਾਂ, ਇਸ ਕਰਕੇ ਅਸੀਂ ਅੱਜ ਸੰਯੁਕਤ ਮੋਰਚੇ ਨੂੰ, ਗੈਰ ਰਾਜਨੀਤਿਕ ਜਿਹੜਾ ਸੰਯੁਕਤ ਮੋਰਚਾ, ਉਹਨਾਂ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ ਅਤੇ ਨਾਲ ਦੇ ਨਾਲ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸਾਡੇ ਨਾਲ ਸਮਰਥਨ ਦਿਓ, ਕਿਉਂਕਿ ਪਿਛਲੇ ਦਿਨਾਂ ਜਿਹੜੇ ਸਾਡੇ ਧਰਨੇ ਲੱਗੇ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ, ਬਟੇੜੀ ਕਲਾ, ਡਕੋਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਬਹੁਤ ਸੀਗੇ ਜਿਹੜੀ ਕਿਸਾਨ ਯੂਨੀਅਨ, ਅਸੀਂ ਉਹਨਾਂ ਨੇ ਸ਼ਿਰਕਤ ਕੀਤੀ ਹੈ ਅਤੇ ਅੱਜ ਵੀ ਅਸੀਂ ਇਹਨਾਂ ਤੋਂ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਅਸੀਂ ਤੁਹਾਡੇ ਪੁੱਤ ਹੈਗੇ ਹਾਂ, ਆਪਣਾ ਜਿਹੜਾ ਨੂੰਹ ਮਾਸ ਦਾ ਰਿਸ਼ਤਾ ਚੱਲਦਾ ਆ ਰਿਹਾ ਕਿਸਾਨੀ ਦਾ ਅਤੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ, ਉਸ ਨੂੰ ਆਪਾਂ ਕਾਇਮ ਰੱਖਦੇ ਹੋਏ ਜਿਹੜੇ ਸਾਡੇ ਘਰਾਂ ਦੇ ਵਿੱਚ ਠੰਡੇ ਪਏ ਆ ਸਾਡੇ ਚੁੱਲ੍ਹੇ, ਅਸੀਂ ਘਰਾਂ ਲੋਕਾਂ ਦੇ ਘਰ ਜਿਹੜੇ ਰੋਸ਼ਨ ਕਰਨ ਵਾਲੇ, ਅੱਜ ਇਸ ਕੜਕਦੀ ਠੰਡ ਦੇ ਵਿੱਚ ਪਿਛਲੇ 20 ਦਿਨਾਂ ਤੋਂ ਪਟਿਆਲੇ ਦੀ ਧਰਤੀ ਦੇ ਵਿੱਚ ਬੈਠੇ ਹਾਂ, ਸਾਡੀਆਂ ਜਿਹੜੀਆਂ ਤਨਖਾਹਾਂ ਹੈ ਉਹ ਸਾਨੂੰ ਜਾਰੀ ਕਰਵਾ ਕੇ ਅਤੇ ਜਿਹੜਾ ਸਾਡਾ ਬਣਦਾ ਹੱਕ ਉਹ ਸਾਨੂੰ ਦਵਾਇਆ ਜਾਵੇ, ਅਸੀਂ ਇੰਨੀ ਆਸ ਦੇ ਨਾਲ ਤੁਹਾਡਾ ਧੰਨਵਾਦ ਕਰਦੇ ਹਾਂ। ਹਾਂਜੀ,
ਇਹ ਸੀਗੇ ਵੀਰ ਜਿਨ੍ਹਾਂ ਨੇ ਆਪਣਾ ਬਿਜਲੀ ਬੋਰਡ ਦੇ ਤੌਰ 'ਤੇ ਜਥੇਬੰਦੀਆਂ ਦੇ ਨਾਲ ਅੱਜ ਰਲ ਕੇ ਮਹਾਰੈਲੀ ਦੇ ਵਿੱਚ ਸਹਿਯੋਗ ਕੀਤਾ। ਸਾਡੇ ਨਾਲ ਹੋਰ ਵੀ ਵੀਰ ਮੌਜੂਦ ਆ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿੰਦੇ ਆ। ਤਜਰਬਾ ਸੰਘਰਸ਼ ਕਮੇਟੀ ਤੋਂ ਅਸੀਂ ਜੋ ਅੱਜ ਬਰਨਾਲਾ ਦੀ ਧਰਤੀ ਦੇ ਕਿਸਾਨ ਜਥੇਬੰਦੀਆਂ ਨਾਲ ਪੂਰਾ ਸਮਰਥਨ ਕੀਤਾ, ਉਹਨਾਂ ਨੇ ਵੀ ਸਾਨੂੰ ਇਹ ਵਿਸ਼ਵਾਸ ਦਵਾਇਆ ਕਿ ਜੋ ਅੱਗੇ ਤੋਂ ਸਾਡਾ ਪੂਰਾ ਸਾਥ ਦੇਣਗੇ, ਜੋ ਆਉਣ ਵਾਲੀ ਮੀਟਿੰਗ ਦੇ ਵਿੱਚ ਕੁਛ ਸਾਡਾ ਪੋਜ਼ਿਟਿਵ ਹੁੰਦਾ ਠੀਕ ਹੈ, ਜੇ ਕਿਸੇ ਗੱਲੋਂ ਨੈਗੇਟਿਵ ਹੁੰਦਾ ਤਾਂ ਸਾਡਾ ਪੂਰਾ ਸਾਥ ਦੇਣਗੇ। ਉਹਦੇ ਨਾਲ ਹੀ ਸਾਡੇ ਕੋਲ ਐਕਸ ਸਰਵਿਸਮੈਨ ਸਾਥੀ ਸਾਡਾ ਉੱਥੇ ਪੂਰਾ ਸਾਥ ਦੇ ਰਿਹਾ, ਜੋ ਇੰਨਾ ਡਿਊਟੀਆਂ ਕਰਕੇ ਆਰਮੀ ਦੇ ਵਿੱਚ ਉਹਨਾਂ ਨੂੰ ਬਿਜਲੀ ਬੋਰਡ 'ਚ ਨੌਕਰੀ ਮਿਲੀ ਹੈ, ਤਾਂ ਵੀ ਖੱਜਲ ਖੁਆਰ ਹੋ ਰਹੇ ਨੇ। ਇਸ ਕਰਕੇ ਉਹ ਵੀ ਸਾਡੇ ਨਾਲ ਨੇ, ਕਿਸਾਨ ਜਥੇਬੰਦੀਆਂ ਦਾ ਸਹਿਯੋਗ ਪੂਰਾ ਹੈ। ਇਸ ਕਰਕੇ ਅਸੀਂ ਇਹਨਾਂ ਤੋਂ ਫਿਰ ਵੀ ਮੰਗ ਕਰਦੇ ਹਾਂ ਅੱਗੇ ਸਾਡਾ ਪੂਰਾ ਸਾਥ ਦਿੱਤਾ ਜਾਵੇ। ਜਿਵੇਂ ਕਿ ਅਲੱਗ ਅਲੱਗ 18 ਜਥੇਬੰਦੀਆਂ ਵੱਲੋਂ ਮਹਾਰੈਲੀ ਸੰਘਰਸ਼ ਦੇ ਵਿੱਚ ਮੋਰਚੇ ਦੇ ਵਿੱਚ ਆ ਕੇ ਕਿਸਾਨਾਂ ਦਾ ਜਥੇਬੰਦੀਆਂ ਸਹਿਯੋਗ ਕੀਤਾ ਗਿਆ, ਉੱਥੇ ਵੀਰ ਬਿਜਲੀ ਮੁਲਾਜ਼ਮ ਅਤੇ ਹੋਰ ਵੀ ਬਹੁਤ ਸਾਰੇ ਨੇ ਆ ਕੇ ਉਹਨਾਂ ਦਾ ਸਹਿਯੋਗ ਕੀਤਾ ਗਾ। ਜਿਵੇਂ ਅੱਜ ਤੁਹਾਨੂੰ ਇਸ ਵੀਰ ਦਾ ਪੱਖ ਦਿਖਾਇਆ, ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੀਆਂ ਨਵੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਇਸੇ ਤਰ੍ਹਾਂ ਦੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਹ ਤੱਕ ਲਈ ਸਤਿ ਸ਼੍ਰੀ ਅਕਾਲ ਜੀ।